पकाई मारनी होनी जरूरी गल करनी है। चल दस केड़ी गल सी। जदों आप नूं लोड़ हुंदी है ना ते अद्धी रात नूं फोन कर दिंदा आ, ते हुण जे कल दा आपदा काम निकल गया ते तूं कौन? जोरिया मेरे भरा तू गुस्सा को मनता है। चल कंटीन चलिए, जाके आराम नाल तेरी गल सुनते हैं, नाल कुछ खाने। अज तेरा भरा तेनों अपने खाते च खिलाएगा, तेरे खाते च। चल ओ तू मैनू खवाण नूं छड्ड, तेरे तां आपदे संग जो कुछ थले नहीं उतरना। जद मैं तैनूं गल दसी कोई खबर देनी तू मैनू कोई कुछ खबर ही है। चल मैं तैनूं सीधा प्रसारण दिखाना। यार इन्हां नूं रातों रात बचोला कित्थों मिल गया? ओ दीपिका बैठी है तेरी जड़ां च। हो जांदा यार इदां, कई बार दोवां दी गलती नहीं हुंदी, बस हालात ही इदां दे हो जांदे आ कि गलत फहमियां क्रिएट हो जांदियां। तुहाडे दोवां दे नाल वी इदां ही होया। हां पर मेरा कोई इरादा नहीं सी तुहाडा दिल दिखाउण दा। मेरी जगह कोई उदों स्टेज ते कोई होर हुंदा तां उहदा वी आई हाल होणा सी जो मेरा होया। ਘੱਟੋ ਘੱਟ ਜੇ ਮੈਂ ਤੁਹਾਡੀ ਜਗ੍ਹਾ ਹੁੰਦੀ ਤਾਂ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੁੰਦਾ ਕਿ ਕਿਹਦੇ ਨਾਲ ਕਿਵੇਂ ਗੱਲ ਕਰਨੀ। ਠੀਕ ਹੈ ਯਾਰ ਅੰਬਰ, ਹਰ ਕੋਈ ਤੇਰੇ ਵਾਂਗ ਬੈਲੈਂਸ ਨਹੀਂ ਹੁੰਦਾ, ਹੋ ਜਾਂਦੀਆਂ ਨੇ ਗਲਤੀਆਂ, ਉਹਦੇ ਕੋਲ ਵੀ ਹੋ ਗਈ, ਹੁਣ ਸੌਰੀ ਕਹਿ ਤਾਂ ਰਿਹਾ। ਹਾਂ ਪਰ ਮੈਂ ਇੱਕ ਵਾਰੀ ਫਿਰ ਸੌਰੀ ਕਹਿ ਰਿਹਾ, ਮੈਨੂੰ ਸੱਚੀ ਪਤਾ ਹੀ ਨਹੀਂ ਲੱਗਾ ਕਿ ਤੁਸੀਂ ਮੇਰੇ ਪਿੱਛੇ ਆ ਕੇ ਕਦੋਂ ਖੜੇ ਹੋ ਗਏ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਡੇ ਨਾਲ ਤਾਂ ਬਿਲਕੁਲ ਗੱਲ ਨਾ ਕਰਦਾ। ਨਹੀਂ ਗੌਰਵ, ਤੁਸੀਂ ਇੱਥੇ ਗਲਤ ਹੋ, ਭਾਵੇਂ ਇੱਥੇ ਮੈਂ ਖੜੀ ਹੁੰਦੀ ਜਾਂ ਕੋਈ ਹੋਰ, ਤੁਹਾਡੇ ਬੋਲਣ ਦਾ ਹੀ ਤਰੀਕਾ ਗਲਤ ਸੀ। ਅੱਛੇ ਬੁਰੇ ਦਿਨ ਤਾਂ ਆਉਂਦੇ ਰਹਿੰਦੇ ਨੇ ਤੇ ਹਾਰ ਜਿੱਤ ਤਾਂ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ, ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਆਪਣੇ ਆਪੇ ਤੋਂ ਹੀ ਬਾਹਰ ਹੋ ਜਾਓਗੇ। ਮੈਂ ਸਮਝਦਾ ਹਾਂ ਤੁਹਾਡੀ ਗੱਲ, ਸ਼ਾਇਦ ਗਲਤ ਮੈਂ ਹੀ ਸੀ, ਮੈਂ ਉਦੋਂ ਜ਼ਿਆਦਾ ਗੁੱਸੇ 'ਚ ਸੀ, ਪਰ ਮੈਂ ਆਪਣੀ ਇਸ ਗੱਲ ਨੂੰ ਅੱਗੇ ਤੋਂ ਨਹੀਂ ਦੁਹਰਾਉਂਗਾ। ਤੁਸੀਂ ਤਾਂ ਸਟੇਜ 'ਤੇ ਤਾਂ ਨਹੀਂ ਹੋ, ਥੀਏਟਰ ਆਰਟਿਸਟ ਵੀ ਹੋ, ਅੱਗੇ ਜਾ ਕੇ ਤੁਸੀਂ ਪ੍ਰੋਫੈਸ਼ਨਲ ਥੀਏਟਰ ਵੀ ਕਰਨਾ, ਤੁਹਾਨੂੰ ਤਾਂ ਕਈ ਤਰ੍ਹਾਂ ਦੇ ਲੋਕ ਮਿਲਣਗੇ, ਇਸ ਗੱਲ ਦਾ ਤਾਂ ਤੁਹਾਨੂੰ ਖਾਸ ਕਰਕੇ ਧਿਆਨ ਰੱਖਣਾ ਪਵੇਗਾ। ਚਲੋ ਚਲੋ ਉੱਠੋ, ਹੁਣ ਹੋ ਗਈਆਂ ਤੁਹਾਡੀਆਂ ਗੱਲਾਂ, ਹੁਣ ਹੱਥ ਹੁੱਥ ਵੀ ਮਿਲਾ ਲਓ, ਮੈਨੂੰ ਵੀ ਥੋੜ੍ਹਾ ਜਿਹਾ ਪ੍ਰਾਊਡ ਹੋਵੇ ਕਿ ਮੈਂ ਪੈਚਅਪ ਕਰਵਾ ਦਿੱਤਾ। ਅਜੇ ਤਾਂ 24 ਘੰਟੇ ਵੀ ਨਹੀਂ ਹੋਏ, ਆਹ ਤਾਂ ਦੁਬਾਰਾ ਘਿਓ ਖਿਚੜੀ ਹੋ ਗਏ। ਕੱਲ੍ਹ ਰੱਬ ਸਬੱਬੀ ਲੜਾਈ ਹੋਈ ਸੀ ਇਹਨਾਂ ਦੀ, ਅਤੇ ਅੱਜ ਰੱਬ ਸਬੱਬੀ ਇਕੱਠੇ ਵੀ ਹੋ ਗਏ। ਬਾਕੀ ਇਹਨਾਂ ਦੀ ਮਰਜ਼ੀ ਆ, ਕੋਈ ਕੀ ਕਰ ਸਕਦਾ। ਮੈਨੂੰ ਜਦੋਂ ਤੇਰੇ ਤੋਂ ਕੋਈ ਆਸ ਹੁੰਦੀ ਨਾ, ਤੂੰ ਉਦੋਂ ਹੀ ਆਪਣੇ ਹੱਥ ਖੜੇ ਕਰ ਦਿਆ ਕਰ, ਮੇਰੇ ਕੰਮ ਨਾ ਹੀ ਤੂੰ। ਸ਼ਾਬਾਸ਼ ਹੈ ਤੇਰੇ, ਕੱਲ੍ਹ ਗੌਰਵ ਦੀ ਬੇੜੀਆਂ 'ਚ ਵੱਟੇ ਪਾਏ ਆ, ਅਤੇ ਅੱਜ ਭੁੱਲ ਵੀ ਗਿਆ। ਬੱਲੇ ਹੋ ਚਲਾਕ ਸੱਜਣਾ। ਬਟ ਜ਼ੋਰਿਆ, ਵੱਟੇ ਪਾਉਣ ਦਾ ਫਾਇਦਾ ਕੀ ਹੋਇਆ? ਕੋਈ ਵੀ ਨਹੀਂ ਨਾ, ਉਹ ਗੱਲ ਤਾਂ ਫਿਰ ਕਰ ਰਹੇ ਆ, ਸਾਡੀ ਗੱਲ ਬਣੀ ਕੋਈ ਨਹੀਂ ਨਾ ਉਹਦੇ। ਉਂਝ ਗੱਲ ਤਾਂ ਤੇਰੀ ਸਹੀ ਆ, ਪਰ ਮੇਰੇ ਪੱਲੇ ਤੇਰੀ ਇੱਕ ਵੀ ਗੱਲ ਨਹੀਂ ਪੈਂਦੀ। ਨਾ ਅੰਬਰ ਤੇਰੀ ਸਹੇਲੀ ਆ, ਨਾ ਤੂੰ ਉਹਨੂੰ ਸਹੇਲੀ ਬਣਾਉਣਾ ਆ, ਫਿਰ ਗੌਰਵ ਕਿਹੜਾ ਦੰਦੀਆਂ ਵੱਢਦਾ ਤੇਰੇ, ਕਾਹ ਤੋਂ ਉਹਦੇ ਪਿੱਛੇ ਪਿਆ।